पंजाब दे मुख मंत्री भगवंत सिंह मान वालों पंचायती जमीना दा एक एक इंच नजायज कब्जा खाली करवाउण दे निर्देशां दी पालना करन दे सिलसिले दे विच अज पंजाब दे ग्रामीण विकास अते पंचायत मंत्री लालजीत सिंह भुल्लर वालों डेरा बस्सी ब्लाक दे पिंड सुंडरा दे विच खुद ट्रैक्टर चला के 100 एकड़ पंचायती जमीन नजायज कब्जे तो खाली करवाई गई। जमीन खाली करवाउण दी प्रतिक्रिया पूरी करन तो बाद कैबिनेट मंत्री लालजीत सिंह भुल्लर ने दस्या है कि 100 एकड़ दी पंचायती जमीन दे उपर उत्थों दे ही कुछ व्यक्तियां वालों कब्जा किया होया सी। उन्हां दा कहना है कि ग्रामीण विकास अते पंचायत विभाग वालों हल्के दे विचों कब्जे दे विरुद्ध शुरू की गई इस मुहिम दे विच वड्डी सफलता हासिल की गई है। ਪੁਰਾਣੀਆਂ ਸਰਕਾਰਾਂ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਕਿ ਇਹਨਾਂ ਨੂੰ ਕਿੰਨਾਂ ਦੀ ਧਿਰ ਰਹੀ ਆ ਹੁੰਦੀਆਂ ਰਹੀਆਂ ਮਾਈਨਿੰਗਾਂ। ਪਰ ਜਦੋਂ ਹਾਈਕੋਰਟ ਦਾ ਮੈਟਰ ਹੋਵੇ ਹਾਈਕੋਰਟ ਦੇ ਮੈਟਰ ਕਾਰਨ ਹੀ ਇਹ ਜ਼ਮੀਨਾਂ ਰੁਕੀਆਂ ਰਹੀਆਂ ਤੇ ਅੱਜ ਸਾਡੀ ਸਰਕਾਰ ਇਮਾਨਦਾਰ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਇਹ ਤਾਂ ਹੀ ਕਬਜ਼ੇ ਲਏ ਜਾ ਰਹੇ ਆ। ਅੱਜ ਇਹ ਜਿਹੜੀ 100 ਏਕੜ ਜ਼ਮੀਨ ਆ ਤੁਸੀਂ ਵੇਖ ਸਕਦੇ ਲਾਗੇ ਰਹਿਸ਼ ਆ ਪ੍ਰਾਈਮ ਲੋਕੇਸ਼ਨ ਆ ਇਹ ਲਗਭਗ 100 ਕਰੋੜ ਦੀ ਜ਼ਮੀਨ ਹੈ ਜਿਹੜੀ ਇਹ 100 ਏਕੜ ਜ਼ਮੀਨ ਹੈ 100 ਕਰੋੜ ਦੀ ਜ਼ਮੀਨ ਹੈ। ਤੇ ਇਸੇ ਤਰ੍ਹਾਂ ਹੀ ਹੋਰ ਵੀ ਜਿੰਨੀਆਂ ਜ਼ਮੀਨਾਂ ਜਿਹੜੀਆਂ ਸਰਕਾਰੀ ਜ਼ਮੀਨਾਂ ਆ ਪੰਚਾਇਤ ਦੀਆਂ ਜੇ ਲੋਕਾਂ ਦੇ ਕਬਜ਼ਿਆਂ 'ਚ ਆ ਜੇ ਕੋਈ ਮਾਈਨਿੰਗ ਹੋਈ ਆ ਹੁਣ ਇੱਥੇ ਚਿੜੀ ਫੜਕ ਕੇ ਵਿਖਾਵੇ ਜਿਹੜਾ ਕੋਈ ਇੱਥੇ ਬੋਲਦਾ ਨਾ ਉਹ ਚਿੜੀ ਫੜਕਾ ਕੇ ਵਿਖਾਵੇ ਇੱਥੇ ਕੋਈ ਮਾਈਨਿੰਗ ਕਰਾ ਕੇ ਵਿਖਾਵੇ ਜਿਹੜੀਆਂ ਮਾਈਨਿੰਗਾਂ ਹੁੰਦੀਆਂ ਰਹੀਆਂ ਇਹ ਪੁਰਾਣਿਆਂ ਰਵਾਇਤੀਆਂ ਦੀਆਂ ਸ਼ਹਿਰ ਤੇ ਹੁੰਦੀਆਂ ਰਹੀਆਂ ਇਹ ਪੁਰਾਣਿਆਂ ਰਵਾਇਤੀਆਂ ਦੀ ਸ਼ਹਿਰ ਤੇ ਹੁੰਦੀਆਂ ਰਹੀਆਂ ਹੁਣ ਹੀ ਮਾਈਨਿੰਗਾਂ ਹੁੰਦੀਆਂ ਰਹੀਆਂ। ਹੁਣ ਆਉਣ ਵਾਲੇ ਸਮੇਂ 'ਚ ਕੋਈ ਮਾਈਨਿੰਗ ਕਰਕੇ ਵਿਖਾਵੇ ਇੱਥੇ ਚਿੜੀ ਵੀ ਫੜਕ ਕੇ ਵਿਖਾਵੇ ਆਉਣ ਵਾਲੇ ਸਮੇਂ 'ਚ ਵੀ ਜੇ ਕੋਈ ਸਾਡੀ ਜ਼ਮੀਨ ਆ ਇਹਦਾ ਕੋਰਟ ਦਾ ਮੈਟਰ ਆ ਜਾਂ ਕੋਈ ਅਦਾਲਤ ਦੇ ਵਿੱਚ ਮੈਟਰ ਉਹਨੂੰ ਖਤਮ ਕਰਕੇ ਅਸੀਂ ਇਹ ਜਿਹੜੇ ਆ ਕਬਜ਼ੇ ਲੈਣੇ ਆ ਦਖਲ ਲਵਾਂਗੇ। ਪਰ ਜਿੱਥੇ ਕਾਨੂੰਨ ਦੇ ਵਿੱਚ ਡਿੱਕਾ ਬੰਦਾ ਮੈਂ ਫੇਰ ਅੱਗੇ ਵੀ ਜਦੋਂ ਅਸੀਂ ਕਿਤੇ ਦਖਲ ਲੈਣੇ ਆ ਇਹ ਗੱਲ ਕਹਿਣਾ ਨਾ ਸਾਡੇ ਜਿਹੜੇ ਅਧਿਕਾਰੀ ਆ ਕੋਈ ਨਾ ਕੋਈ ਜਾਂ BDO ਸੈਕਟਰੀ ਜਾਂ ਕੋਈ DDPO ਜਦੋਂ ਕੋਈ ਗਲਤ ਫੈਸਲੇ ਕਰਦਾ ਗਲਤ ਪੇਪਰ ਲਾ ਕੇ ਇਹ ਲੋਕ ਅਦਾਲਤਾਂ ਦਾ ਸਹਾਰਾ ਲੈ ਕੇ ਲੈ ਆਉਂਦੇ ਆ ਸਟੇ ਵਰੰਟ ਲੈ ਆਉਂਦੇ ਆ ਸਟੇ ਲੈ ਆਉਂਦੇ ਆ। ਮੈਂ ਉਹਨਾਂ ਅਧਿਕਾਰੀਆਂ ਨੂੰ ਕਹਿੰਦਾ ਕਿ ਜੇ ਅੱਗੇ ਤੋਂ ਤੁਸੀਂ ਕਿਸੇ ਨੂੰ ਕੋਈ ਗਲਤ ਕਾਗਜ਼ ਤਿਆਰ ਕਰਕੇ ਦਿੱਤਾ ਕੁਝ ਵੀ ਉਹਨਾਂ ਅਧਿਕਾਰੀਆਂ ਤੇ ਵੀ ਸਖਤ ਕਾਰਵਾਈ ਕਰਾਂਗੇ ਕਿਉਂਕਿ ਜਿਨ੍ਹਾਂ ਅਧਿਕਾਰੀਆਂ ਦਾ ਕਰਕੇ ਇਹ ਜ਼ਮੀਨਾਂ ਦੇ ਸਟੇ ਹੁੰਦੇ ਆ ਇਹ ਜ਼ਮੀਨਾਂ ਦੇ ਕਬਜ਼ੇ ਹੁੰਦੇ ਆ ਉਹਨਾਂ ਅਧਿਕਾਰੀਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਭੁੱਲਰ ਸਾਹਿਬ ਇਸ ਤੋਂ ਪਹਿਲਾਂ ਤੁਸੀਂ 64 ਏਕੜ ਜ਼ਮੀਨ ਦੇ ਜਿਹਦੇ ਵਿੱਚ 53 ਏਕੜ